ਲਾਲ ਸਿੰਘ ਕਲਸੀ ਦੀ ਅਗਲੀ ਕਹਾਣੀ ਹੈ ਨੀਲੀ ਜੱਸੀ ਨੂੰ ਸਕੂਲ ਜਾਂਦੇ ਆ ਹਰ ਰੋਜ਼ ਹੀ ਰਸਤੇ 'ਚ ਕੂੜੇ ਦਾ ਟੋਕਰਾ ਚੁੱਕੀ ਕਦੀ ਪਿੰਡ ਵਾਲੇ ਡੇਰੇ ਤੋਂ ਥੋੜਾ ਜਿਹਾ ਪਿੱਛੇ ਤੇ ਕਦੀ ਥੋੜਾ ਜਿਹਾ ਅੱਗੇ ਮਿਲਦੀ ਜੱਸੀ ਦੇ ਨੇੜੇ ਆ ਕੇ ਉਹ ਥੋੜਾ ਜਿਹਾ ਰੁਕਦੀ ਤੇ ਫਿਰ ਅੱਗੇ ਲੰਘ ਜਾਂਦੀ ਜੱਸੀ ਨੂੰ ਸਮਝ ਨਾ ਆਉਂਦੀ ਕਿ ਉਹ ਕਿਉਂ ਰੁਕਦੀ ਹੈ ਤੇ ਕੀ ਕਹਿਣਾ ਚਾਹੁੰਦੀ ਹੈ 9ਵੀਂ 10ਵੀਂ 'ਚ ਪੜਨ ਵਾਲੇ ਪਿੰਡੂ ਤੇ ਅਲੜ ਮੁੰਡੇ ਨੂੰ ਅਜੇ ਫੁਰਨਿਆਂ ਦਾ ਭਲਾ ਅਜੇ ਫੁਰਨਿਆਂ ਦੀ ਭਲਾ ਕਿੱਥੇ ਸਮਝ ਭਾਵੀਓ ਇੰਨੀ ਸੋਹਣੀ ਨਹੀਂ ਸੀ ਪਰ ਇੰਨੀ ਮਾੜੀ ਵੀ ਨਹੀਂ ਸੀ ਕਹੀ ਜਾ ਸਕਦੀ ਦੂਜੇ ਪਾਸੇ ਜੱਸੀ ਲਗਰ ਵਰਗਾ ਨਰਮ ਮੁੰਡਾ ਸੋਹਣੇ ਗੋਰੇ ਚਿੱਟੇ ਰੰਗ ਦੇ ਤੇ ਜਦੋਂ ਤਰਬੂਜੀ ਰੰਗ ਦੀ ਪੱਗ ਬਨ ਲੈਂਦਾ ਤਾਂ ਟਮਾਟਰਾਂ ਵਰਗੀਆਂ ਲੂਮ ਫੁੱਟ ਗੱਲਾਂ ਲਿਸ਼ ਲਿਸ਼ ਕਰਦੀਆਂ ਸਾਦੇ ਕੱਪੜਿਆਂ 'ਚ ਉਹ ਵੀ ਰਬੜ ਦੇ ਬਾਵੇ ਵਾਂਗ ਫੱਬ ਜਾਂਦਾ ਜੱਸੀ ਨੇ ਕਈ ਵਾਰ ਘਰੋਂ ਅਵੇਰੇ ਤੇ ਕਈ ਵਾਰ دیر ਨਾਲ ਚੱਲ ਕੇ ਵੀ ਵੇਖਿਆ ਪਰ ਉਹਨੂੰ ਕਿਤੇ ਨਾ ਕਿਤੇ ਰਾਹ ਵਿੱਚ ਜ਼ਰੂਰ ਹੀ ਮਿਲ ਪੈਂਦੀ ਕਈ ਵਾਰ ਤੌਰ ਜੱਸੀ ਨੂੰ ਘਰੋਂ ਨਿਕਲਦਿਆਂ ਵੇਖ ਕੇ ਖਾਲੀ ਟੋਕਰੇ ਨੂੰ ਲੱਤ ਨਾਲ ਲਾ ਕੇ ਖੜੋਤੀ ਆਪਣਾ ਇਹਨੂੰ ਉਧੇੜ ਕੇ ਬੋਲਣਾ ਸ਼ੁਰੂ ਕਰ ਦਿੰਦੀ ਜਿੰਨੀ ਦੇਰ ਜੱਸੀ ਉਹਦੇ ਕੋਲ ਨਾ ਪੁੱਜ ਜਾਂਦਾ ਉੱਥੇ ਖੜੀ ਅੱਕੀ ਪਲਾਹੀ ਹੱਥ ਮਾਰਦੀ ਰਹਿੰਦੀ ਉਹਦਾ ਰਾਹ ਰੋਕ ਕੇ ਖੜਾ ਵੇਖ ਕੇ ਹੱਸਣ ਦਾ ਕਾਰਨ ਪੁੱਛਣ ਲਈ ਜੱਸੀ ਨੇ ਕਈ ਵਾਰ ਮਨ ਬਣਾਇਆ ਪਰ ਜਿਉਂ ਹੀ ਉਹਦੇ ਸਾਹਮਣੇ ਆਉਂਦੀ ਸਭ ਕੁਝ ਸੰਗ ਵਿੱਚ ਲਿਪਟ ਕੇ ਰਹਿ ਜਾਂਦਾ ਤੇ ਉਹ ਕੁਝ ਵੀ ਨਾ ਪੁੱਛ ਸਕਦਾ ਜੇਕਰ ਉਹ ਕਦੀ ਹੌਸਲਾ ਕਰਦਾ ਵੀ ਤਾਂ ਕਦੀ ਕੋਈ ਰਾਹ ਵੱਲੋਂ ਤੁਰਿਆ ਹੁੰਦਾ ਦਿਸ ਜਾਂਦਾ ਤੇ ਕਦੀ ਗਲੀ ਘੁੰਮਦਾ ਇੱਕ ਦਿਨ ਉਹ ਇਸੇ ਤਾਕ ਚ ਖੜਾ ਸੀ ਉਧਰੋਂ ਵੱਡੇ ਭਰਾ ਨੇ ਕੀ ਗੱਲ ਇੱਥੇ ਕਿਵੇਂ ਖੜਾ ਹੈ ਆਣ ਪੁੱਛਿਆ ਬਸ ਐਵੇਂ ਐਵੇਂ ਫੌਜੀ ਕੇ ਰਾਮੇ ਨੂੰ ਦੇਖਦਾ ਸੀ ਪਾੜ ਤੋਂ ਫੜੇ ਜਾਣ ਵਾਲੇ ਚੋਰ ਵਾਂਗ ਜੱਸੀ ਦੇ ਪੈਰ ਨਿਕਲ ਗਏ ਕਈ ਵਾਰ ਅੱਗੇ ਪਿੱਛੇ ਸੁੰਸਰਾ ਵੀ ਹੁੰਦੀ ਪਰ ਐਨ ਮੌਕੇ ਤੇ ਕੋਈ ਨਾ ਕੋਈ ਸਾਧ ਡੇਰੇ ਚੋਂ ਖੇਤਾਂ ਵਾਲੇ ਦਰਵਾਜ਼ੇੋਂ ਟਿੰਡ ਖੁਰਕਦਾ ਬਾਹਰ ਆ ਹੋਕਰ ਮਾਰਦਾ ਮਾਂ ਸਦਕੇ ਪਾੜਾ ਖੇਤਾਂ ਵਾਲੇ ਦਰਵਾਜ਼ੇ ਮੈਂ ਸਦਕੇ ਪਾੜਾ ਸਕੂਲ ਚੱਲਿਆ ਹਾਂ ਬਾਬਾ ਜੀ ਕਹਿ ਮਨ ਚ ਗਾਲਾਂ ਦਿੰਦਾ ਜੱਸੀ ਤੁਰ ਜਾਂਦਾ ਦਿਨ ਬੀਤਦੇ ਗਏ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਆ ਗਈਆਂ ਤੇ ਜੱਸੀ ਦਾ ਉਹ ਸਰਾ ਲੰਗੜਾਂ ਬੰਦ ਹੋ ਗਿਆ ਇੱਕ ਦਿਨ ਦੋ ਦਿਨ ਹਫ਼ਤੇ ਦੇ ਲਗਭਗ ਜਦ ਉਸਨੇ ਜੱਸੀ ਨੂੰ ਸਕੂਲ ਜਾਂਦੇ ਨਾ ਵੇਖਿਆ ਤਾਂ ਇੱਕ ਦਿਨ ਆਪਣੀ ਗਵੰਡਣ ਗੁੱਡੀ ਨੂੰ ਨਾਲ ਲੈ ਕੇ ਜੱਸੀ ਦੇ ਘਰ ਪੁੱਜ ਗਈ। ਸੇਬੂ ਹੁਣੀ ਕੀ ਕਰਦੀ ਐ ਕਹਿੰਦੀ ਉਹ ਜੱਸੀ ਦੀਆਂ ਭੈਣਾਂ ਨਾਲ ਇੱਧਰ-ਉੱਧਰ ਦੀਆਂ ਮਾਰ ਕੇ ਚਲੀ ਗਈ। ਗੱਲਾਂ-ਬਾਤਾਂ ਰਾਈ ਉਹਨੇ ਜੱਸੀ ਦੀਆਂ ਸਕੂਲ 'ਚ ਛੁੱਟੀਆਂ ਬਾਰੇ ਜਾਣ ਲਿਆ ਸੀ। ਹੋਰ ਕੋਈ ਚਾਰਾ ਨਾ ਚੱਲਦਾ ਵੇਖ ਉਹਨੇ ਘਰ ਦਾ ਕੂੜਾ ਵੀ ਜੱਸੀ ਦੇ ਦਰਵਾਜ਼ੇ ਤੋਂ ਪਾਰ ਕਿਸੇ ਦੀ ਰੂੜੀ ਤੇ ਸੁੱਟਣਾ ਸ਼ੁਰੂ ਕਰ ਦਿੱਤਾ। ਜੱਸੀ ਨੂੰ ਵੇਖੇ ਬਿਨਾ ਜਿਵੇਂ ਉਹਦਾ ਨਿਤਨੇ ਮਧੂਰਾ ਰਹਿ ਜਾਂਦਾ ਹੋਵੇ ਕਿਸੇ ਨਾ ਕਿਸੇ ਬਹਾਨੇ ਉਹ ਜੱਸੀ ਦੇ ਘਰ ਅੱਗੇ ਖੜਦੀ ਸੜਕ ਤੇ ਟੋਕਰਾ ਝਾੜਦੀ ਅਗਲੀਆਂ ਪਿਛਲੀਆਂ ਕੁੜੀਆਂ ਨੂੰ ਨਾਲ ਰਲਾ ਬੂਹੇ ਅੱਗੇ ਖੜੀ ਗੱਲਾਂ ਮਾਰਦੀ ਦੂਜੀ ਗਲੀ ਦੀਆਂ ਸੀਤੋ ਤੇ मुन्नी ਦੇ ਪੁੱਛਣ ਤੇ ਉਹਨੇ ਦੱਸਿਆ ਕਿ ਅਸੀਂ ਇਹ ਰੂੜੀ ਭੋਲੂ ਕਿਆਂ ਨਾਲ ਸਾਂਝੀ ਲਾਉਨੇ ਆਂ ਜਦ ਕਿ ਹਕੀਕਤ ਕੁਝ ਹੋਰ ਹੀ ਸੀ ਸ਼ਰਦਾ ਪਿਆਰ ਇਸ਼ਕ ਤੇ ਚੋਰੀ ਵਿੱਚ ਕੀ ਨਹੀਂ ਕਰਨਾ ਪੈਂਦਾ ਝੂਠ ਫਰੇਵ ਦਾ ਪਤਾ ਨਹੀਂ ਕਿੱਥੇ ਤੇ ਕਿਹੜੇ ਵੇਲੇ ਸਹਾਰਾ ਲੈਣਾ ਪੈ ਜਾਏ ਜਿਵੇਂ ਹੁਣ ਉਹ ਕਰ ਰਹੀ ਸੀ ਗਰਮੀਆਂ ਲੰਘੀਆਂ ਸਰਦੀਆਂ ਦਾ ਉਤਾਰਾ ਹੋ ਗਿਆ ਪਾੜਿਆਂ ਨੂੰ ਖੇਡਾਂ ਖੇਡਾਂ ਭੁੱਲ ਇਮਤਿਹਾਨ ਦੀ ਯਾਦ ਆਈ ਖੇਡਾਂ ਵੱਲ ਧਿਆਨ ਵੱਲੋਂ ਧਿਆਨ ਮੋੜ ਪੜ੍ਹਾਈ ਵੱਲ ਜੁਟਣ ਲੱਗੇ ਕਈ ਵਾਰ ਕਿਤਾਬ ਪੜ੍ਹਦੇ ਆ ਜੱਸੀ ਦਾ ਧਿਆਨ ਟੋਕਰੇ ਵਾਲੀ ਕੁੜੀ ਵੱਲ ਜਾਂਦਾ ਉਹਦਾ ਹਰ ਰੋਜ਼ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਬਹਾਨੇ ਮਿਲਣਾ ਜੱਸੀ ਦੇ ਮਨ ਨੂੰ ਵੀ ਖੁਦਕੁਤੀ ਲਾਈ ਰੱਖਦਾ ਜੱਸੀ ਦਾ ਵੱਡਾ ਭਰਾ ਪਾਲਾ ਵਾਈ ਖੇਤੀ ਦਾ ਕੰਮ ਕਰਦਾ ਸੀ ਜ਼ਿਮੀਂਦਾਰ ਦਾ ਪਹਿਲਾ ਖਜ਼ਾਨਾ ਉਹਦੇ ਪਸ਼ੂ ਡੰਗਰ ਤੇ ਦੂਜਾ ਸਰਮਾਇਆ ਉਹਦੀ ਖੇਤੀ ਹੁੰਦੀ ਹੈ ਜੇਕਰ ਡੰਗਰ ਪਸ਼ੂ ਤੰਦਰੁਸਤ ਹਨ ਤਾਂ ਖੇਤੀ ਵੀ ਸਮਝੋ ਹਰੀ ਭਰੀ ਤੇ ਬਲਦ ਦੇ ਅਚਾਨਕ ਬਿਮਾਰ ਹੋ ਜਾਣ ਨਾਲ ਪਾਲੇ ਦੀ ਬੇਚੈਨੀ ਨੇ ਘਰ ਦਾ ਸੁੱਖ ਹਰਾਮ ਕਰ ਦਿੱਤਾ ਉਹਨੂੰ ਕਿਤੋਂ ਠੰਡਾ ਕੱਢਦਾ ਸੀ ਕੀ ਗਲੀ ਕੀ ਗਵਾਂਢ ਤੇ ਸਾਰਾ ਪਿੰਡ ਉਸ ਇੱਕੋ ਦਿਨ ਵਿੱਚ ਹੀ ਦਵਾਈ ਲੱਭਣ ਲਈ ਗਾਹ ਮਾਰਿਆ ਕੇਰੇ ਤੋਂ ਦੱਸ ਪਈ ਕਿ ਕੈਲੂ ਦਾ ਭਰਾ ਜੈਲੂ ਕੇਰਾ ਆਪਦੇ ਬਲਦ ਵਾਸਤੇ ਢਾਬਾਂ ਵਾਲੇ ਬਾਬੇ ਤੋਂ ਦਵਾਈ ਲਿਆਇਆ ਸੀ ਜੇ ਵਧੀ ਪਈ ਥਿਆ ਥਿਆ ਜਾਵੇ ਤਾਂ ਜੱਸੀ ਜਾਂ ਮੇਰਾ ਭਰਾ ਜੈਲੂ ਕੇ ਘਰੋਂ ਬਲਦ ਵਾਸਤੇ ਦਵਾਈ ਲਿਆ ਢਾਬਾਂ ਵਾਲੇ ਬਾਬੇ ਦੀ ਉਹਨੂੰ ਆਖੀ ਮਿੰਨਤ ਨਾਲ ਹੀ ਦੇ ਦੇ ਥੋੜੀ ਬਹੁਤ ਤੇ ਘਰ ਦੇ ਹੋਰ ਕਈ ਕੰਮ ਖੁੰਬਾ ਵਾਂਗ ਖੜੇ ਵੇਖ ਪਾਲੇ ਨੇ ਜੱਸੀ ਨੂੰ ਵਿਰਾ ਕੇ ਤੋੜਤਾ ਜੱਸੀ ਪਿੰਡ 'ਚ ਕਿਸੇ ਦੇ ਘਰ ਬਹੁਤੀ ਘਟ ਜਾਂਦਾ ਸੀ ਤੇ ਪਿੰਡ ਦੇ ਆਦਮੀਆਂ ਨੂੰ ਵੀ ਘਟ ਵੱਧੀ ਜਾਂਦਾ ਸੀ। ਭਰਾ ਪਾਲੇ ਦੀ ਦੱਸੀ ਨਿਸ਼ਾਨੀ ਮੁਤਾਬਕ ਉਹਨੇ ਜੈਲੂ ਦਾ ਘਰ ਲੱਭ ਲਿਆ। ਉਹ ਵੇੜੇ 'ਚ ਮੰਝੇ ਤੇ ਬੈਠਾ ਗਰਨੇ 'ਚ ਸਣ ਕੱਢ ਰਿਹਾ ਸੀ। ਆ ਬਈ ਪਾੜਿਆ। ਤੂੰ ਅੱਜ ਕਿਵੇਂ ਭੁੱਲ ਕੇ ਇੱਧਰ ਆ ਗਿਆ। ਆ ਜਾ ਬਹਿ ਜਾ ਕਹਨੇ ਆ ਜੈਲੂ ਨੇ ਮੰਝੇ ਤੋਂ ਸਿਕਣੀਆਂ ਝਾੜਦਿਆਂ ਉਹਨੂੰ ਬੈਠਣ ਦਾ ਇਸ਼ਾਰਾ ਕੀਤਾ। ਬਾਈ ਨੇ ਭੇਜਿਆ ਦਵਾਈ ਲੈਣ ਜਿਹੜੀ ਤੁਸੀਂ ਟੱਬਾਂ ਵਾਲੇ ਬਾਬੇ ਤੋਂ ਲਿਆਏ ਸੀ ਬਲਦ ਵਾਸਤੇ। ਸਾਡਾ ਵੀ ਬਲਦ ਬਿਮਾਰ ਹੈ ਜੱਸੀ ਸੰਗ ਸੰਗਾਜੇ ਚ ਬੋਲਿਆ ਹਾਂ ਲਿਆਂਦੀ ਤਾਂ ਸੀ ਪੜਿਆ ਸੱਚੀ ਗੱਲ ਹੈ ਵੇਖ ਲੈਣੇ ਆ ਜੇ ਕਿਤੇ ਥੋੜੀ ਬਹੁਤ ਪਈ ਹੋਵੇ ਬਿਨਾ ਕੋਈ ਵੱਲ ਫੇਰ ਜੈਲੂ ਨੇ ਕਿਹਾ ਨੀਲੀਏ ਉਸ ਬੈਠੇ ਨਹੀਂ ਆਵਾਜ਼ ਮਾਰੀ ਆ ਵੇਖੀ ਕੁੜੇ ਜਰਾ ਉਹ ਬਲਦ ਵਾਲੀ ਦਵਾਈ ਜੇ ਕਿਤੇ ਪਈ ਆ ਤਾਂ ਆਵਾਜ਼ ਦੇ ਮਗਰੇ ਜੱਸੀ ਦਾ ਧਿਆਨ ਅੰਦਰ ਵੱਲ ਨੂੰ ਗਿਆ ਕੰਧੋਲੀ ਹੋ ਲਿਓ ਚੁੱਲ੍ਹੇ ਅੱਗੋਂ ਉੱਠਦੀ ਕੁੜੀ ਨੂੰ ਵੇਖ ਜੱਸੀ ਨੂੰ ਜਿਵੇਂ ਕੰਬਣੀ ਛਿੜ ਗਈ ਇਹ ਨੀਲੀ ਤਾਂ ਉਹੀ ਹਰ ਰੋਜ਼ ਮਿਲਣ ਵਾਲੀ ਟੋਕਰੇ ਵਾਲੀ ਕੁੜੀ ਸੀ। ਉਹਨੂੰ ਹੁਣ ਪਤਾ ਲੱਗਾ ਕਿ ਉਹ ਜੈਲੂ ਦੀ ਧੀ ਹੈ। ਨੀਲੀ ਤਾਂ ਅੱਜ ਸੱਚੀ ਮੁੱਚੀ ਨੀਲੀ ਬਣੀ ਫਿਰਦੀ ਸੀ। ਉੱਤਰ ਦੀ ਸਰਦੀ 'ਚ ਨੀਲੀ ਚੁੰਨੀ, ਨੀਲੇ ਰੰਗ ਦੇ ਖੱਦਰ ਦੇ ਸੂਟ ਵਿੱਚ ਉਹ ਸਮੁੰਦਰੋਂ ਨਹਾ ਕੇ ਨਿਕਲੀ ਕੂੰਜ ਵਰਗੀ ਲੱਗਦੀ ਸੀ। ਨੀਲੀ ਨੇ ਜੱਸੀ ਹੱਥ ਦਵਾਈ ਫੜਾਉਣੇ ਇੱਕ ਚੋਰ ਝਾਤ ਵੇਖਿਆ ਤੇ ਥੋੜੀ ਹੱਥ ਛੋਹ ਵੀ ਦਿੱਤੀ। ਜੱਸੀ ਜਿਵੇਂ ਪਾਣੀ ਪਾਣੀ ਹੋ ਗਿਆ ਉਹ ਬਿਨਾਂ ਕੁਝ ਬੋਲੇ ਜਾਂ ਉਹ ਤੋਂ ਕੁਝ ਬੋਲਿਆ ਹੀ ਨਾ ਗਿਆ। ਦਲੀ ਜੁੰਬਾਰ ਆ ਗਿਆ ਹੁਣ ਤਾਂ ਜੱਸੀ ਤੇ ਨੀਲੀ ਦੀ ਜਿਵੇਂ ਜਾਣ ਪਛਾਣ ਹੋ ਗਈ ਸੀ ਨੀਲੀ ਹਰ ਰੋਜ਼ ਹੀ ਜੱਸੀ ਨੂੰ ਮਿਲਦੀ ਤੁਹਾਡਾ ਬਲਦ ਤਕੜਾ ਹੈ ਪੁੱਛਦੀ ਬਲਦ ਤਾਂ ਦੋ ਤਿੰਨ ਡੰਗ ਦੀ ਦਵਾਈ ਖਾ ਕੇ ਤਕੜਾ ਹੋ ਗਿਆ ਸੀ ਪਰ ਜੱਸੀ ਨੂੰ ਚਾਪਦਾ ਸੀ ਜਿਵੇਂ ਨੀਲੀ ਘਰੋਂ ਆ ਕੇ ਉਹ ਖੁਦ ਬਿਮਾਰ ਹੋ ਗਿਆ ਉਹਨੂੰ ਨੀਲੀ ਦੇ ਰੋਜ਼ਾਨਾ ਇੱਕੋ ਸਵਾਲ ਤੇ ਖਿਜ ਵੀ ਆਉਂਦੀ ਤੁਹਾਡਾ ਬਲਦ ਤਕੜਾ ਇਹ ਕੀ ਸਵਾਲ ਹੋਇਆ ਜੱਸੀ ਦਾ ਜਿਵੇਂ ਇਸ ਸਵਾਲ ਨਾਲ ਕੋਈ ਸਬੰਧ ਹੀ ਨਾ ਹੋਵੇ ਪਹਿਲੇ 2-4 ਦਿਨ ਤਾਂ ਨਹੀਂ ਅਜੀਕ ਹੈ ਉਹ ਗੇਲੰਗ ਕੀ ਫਿਰ ਕਦੀ ਚੁੱਪਚਾਪ ਜਮੈ ਨੂੰ ਨਹੀਂ ਪਤਾ ਕਿ ਹੈ ਜਿਵੇਂ ਉਹ ਇਸ ਸਵਾਲ ਤੋਂ ਪਿੱਛਾ ਛੁਡਾ ਨੀਲੀ ਵੱਲੋਂ ਕਿਸੇ ਹੋਰ ਗੱਲ ਦੀ ਉਡੀਕ ਕਰ ਰਿਹਾ ਹੋਵੇ ਇਹ ਵੀ ਕੋਈ ਗੱਲ ਹੋਈ ਹਰ ਰੋਜ਼ ਉਹੀ ਸਵਾਲ ਉਹੀ ਗੱਲ ਉਹ ਮਨ ਨਹੀਂ ਮੰਨ ਕ੍ਰਿਜ ਦਾ ਬੋਲਦਾ ਜਾਂਦਾ ਨੀਲੀ ਇੱਕ ਦਿਨ ਸਵੇਰੇ-ਸਵੇਰੇ ਨੀਲਾ ਸੂਟ ਪਾਈ ਨੀਲੇ ਅੰਬਰ ਨਾਲ ਰਲਿ ਜੱਸੀ ਦਾ ਰਾਹ ਰੋਕ ਕੇ ਖੜੀ ਸੀ ਨੀਲੀਏ ਅੱਜ ਤਾਂ ਬੜੀ ਲਿਸ਼ਕੀ ਐ ਮੁਕਲਾਵੇ ਤਾਂ ਨਹੀਂ ਜਾਣਾ ਰਾਹ ਆਉਂਦੀ ਦੀਪੂ ਨੇ ਨੀਲੀ ਨੂੰ ਚਮਕਾਇਆ ਜਾਂਦੀਆਂ ਰਾਮੜੇ ਕੇ ਪਹਿਲਾਂ ਤੈਨੂੰ ਤੋਰਲਾ ਮੁਕਲਾਵੇ ਨੀਲੀ ਜਿਵੇਂ ਪਹਿਲਾਂ ਹੀ ਗੁੱਸੇ ਦੀ ਪਾਣ ਖਾਈ ਨੀਲੀ ਹੋਈ ਖੜੀ ਸੀ ਚੱਲ ਤੋਰ ਹੁਣ ਜਾਣਾ ਨੇ ਖੜ ਗਈਆਂ ਪੈਰ ਗੱਡ ਕੇ ਅੜਬ ਬੁਛੇਰੀਆਂ ਨੂੰ ਦੀਪੂ ਨੇ ਥੋੜੀ ਹੋਰ ਚੋਬਲਾਈ ਜਾਣੀ ਜਾ ਜੇ ਮੂੰਹ ਝੱਜਦਾ ਨਹੀਂ ਤਾਂ ਗੱਲ ਤਾਂ ਝੱਜਦੀ ਕਰਨੀ ਸਿੱਖ ਲੈ ਨੀਲੀ ਨੇ ਦੀਪੂ ਨੂੰ ਛਾੜ ਦੇ ਕੇ ਰੱਖ ਦਿੱਤਾ ਕਿਸੇ ਦੀ ਉਡੀਕ ਲੱਗਦੀ ਐ ਤੈਨੂੰ ਤਾਂ ਕਿਆ ਦੀਪੋ ਨੇ ਨੀਲੀ ਦੀ ਵਖੀਚ ਚੁੰਡੀ ਪਾਲੀ ਉਈ ਮਰਗੀ ਨਹੀਂ ਹਰਾਮੜੇ ਨੀਲੀ ਮੁੱਕੀ ਵੱਟੀ ਦੀਪੋ ਮਗਰ ਭੱਜੀ ਪਰ ਉਹ ਕਦੋਂ ਦੀ ਨਸ ਚੁੱਕੀ ਸੀ ਵਾਪਸ ਆਕੇ ਨੀਲੀ ਨੇ ਟੋਕਰਾ ਚੋਕ ਗੋਡੇ ਨਾਲ ਖੜਾ ਕਰ ਲਿਆ ਤੇ ਇਹਨੂੰ ਉਧੇੜ ਕੇ ਫੇਰ ਬਣਾਉਣ ਲੱਗ ਪਈ ਕਿਉਂ ਵੀ ਕੁਚੱਜਿਆ ਜਿਆ ਨਾ ਬੁਲਾਇਆ ਕਰਾਂ ਤੈਨੂੰ ਨਾ ਪੁੱਛਿਆ ਕਰਾਂ ਕੁਛ ਤੈਨੂੰ ਵੱਡਾ ਭੜਾਕੂ ਚਾਰ ਅੱਖਰ ਕੀ ਪੜਲੇ ਬਾਤੜਾ ਨਾਲ ਗੱਲ ਕਰਕੇ ਵੀ ਨਹੀਂ ਰਾਜੀ ਨੀਲੀ ਚਾਰੇ ਚੱਕ ਜੱਸੀ ਨੂੰ ਪੈਗੀ ਮੂੰ ਆਈ ਬਾਤ ਨਰਿੰਦੀ ਇਹ ਨੀਲੀ ਦਾ ਅੰਦਰੋਂ ਫੁੱਟਿਆ ਪਿਆਰ ਅੱਜ ਮੂੰ ਫਟ ਕੇ ਬੋਲ ਹੀ ਪਿਆ ਸੀ ਜੱਸੀ ਸੁਣ ਮਟੋਨ ਹੋਇਆ ਹੈਰਾਨੀ ਭਰਿਆ ਇੱਕ ਟੱਕ ਨੀਲੀ ਵੱਲ ਵੇਖੀ ਜਾਂਦਾ ਸੀ ਵੇ ਬੋਲ ਕੀ ਘੁੰਗਣੀਆਂ ਪਾਈਆਂ ਮੂੰ ਚ ਮੈਂ ਰੋਜ਼ ਪੁੱਛਦੀ ਥੱਕ ਗਈ ਤੁਹਾਡਾ ਬਲਦ ਤਕੜਾ ਹੈ ਬਲਦ ਤਕੜਾ ਹੈ ਕੀ ਮਜਾ ਲਾ ਗੁੜ ਕੇ ਜਵਾਬ ਦੇ ਜੀ ਹਾਂ ਹੂੰ ਕਰਕੇ ਹੋ ਗਿਆ ਹੋ ਗਿਆ ਨੀਲੀ ਫੇਰ ਵੀ ਪਰੀ ਇਕ ਦਿਨ ਤੈਨੂੰ ਦੱਸਿਆ ਤਾਂ ਸੀ ਰਾਜੀ ਐ ਰੋਜ਼-ਰੋਜ਼ ਕੀ ਦੱਸਾਂ ਜੱਸੀ ਨੇ ਦੀਨਗੀ ਜੀ ਚ ਜਵਾਬ ਦਿੱਤਾ ਚਲ ਉਹ ਤਾਂ ਵਿਚਾਰਾ ਰਾਜੀ ਹੋਊ ਮੈਨੂੰ ਤਾਂ ਬਲਦਾਂ ਜਿਹਾ ਹੁਣ ਤੂੰ ਬਿਮਾਰ ਲੱਗਦਾ ਦੇਵਾ ਤੈਨੂੰ ਵੀ ਕੋਈ ਦਵਾਈ ਕਹਿੰਦੀ ਹੋਈ ਨੀਲੀ ਸ਼ਰਾਰਤ ਭਰੀ ਨਿਗਾ ਨਾਲ ਝਾਕਦੀ ਥੋੜਾ ਜਿਹਾ ਹੱਸੀ ਵੀ ਜਾਂ ਵੇ ਤੂੰ ਤਾਂ ਅੱਠ ਨੌ ਪੜ੍ਹ ਕੇ ਵੀ ਖੂਬ ਜੀ ਪਾਈਆਂ ਨੇਰੇ ਜਹ ਵਿੱਚ ਲੱਕ ਹਲਾ ਲਿਬੜਿਆ ਹੱਥ ਸੱਜੀ ਜੱਸੀ ਦੇ ਮੂੰਹ ਤੇ ਘਸਾ ਕੇ ਕਿਲਕਾਰੀ ਮਾਰ ਕੇ ਹੱਸਦੀ ਨੀਲੀ ਟੋਕਰਾਂ ਚੁੱਕ ਤੁਰ ਗਈ ਜੱਸੀ ਖੜੋਤਾ ਗੱਲ ਪਲੋਸ ਦਾ ਵੇਖਦਾ ਹੀ ਰਹਿ ਗਿਆ ਧੰਨਵਾਦ ਅਗਲੀ ਕਹਾਣੀ ਅੱਧੂ ਵੱਟੇ ਉਹ ਹਰ ਮਹੀਨੇ ਫੈਕਟਰੀ ਅੰਦਰ ਆਉਂਦੀ ਭਲਾਈ ਅਫਸਰ ਨਾਲ ਜਾਂਦਾ ਤੇ ਬੈਂਕ ਵਿੱਚੋਂ ਕੁਝ ਪੈਸੇ ਕਢਾ ਕੇ ਉਹਨੂੰ ਦੇ ਦਿੰਦਾ ਜਿਸ ਨਾਲ ਉਹ ਸਾਰਾ ਮਹੀਨਾ ਬਾਲ ਬੱਚਿਆਂ ਦੀ ਪਾਲਣ ਦਾ ਪਾਲਣ ਪੋਸਣ ਤੇ ਘਰ ਦੀਆਂ ਹੋਰ ਲੋੜਾਂ ਪੂਰੀਆਂ ਕਰਦੀ ਹਰੇਕ ਮਹੀਨੇ ਬੈਂਕ ਚੋਂ ਪੈਸਾ ਘਟਦਾ ਵੇਖ ਕੇ ਉਹਨੂੰ ਆਪਣੀਆਂ ਨਾੜਾਂ ਚੋਂ ਖੂਨ ਘਟਦਾ ਮਹਿਸੂਸ ਹੁੰਦਾ ਉਹਦੇ ਬੱਚੇ ਅਜੇ ਨਿਆਣੇ ਸਨ ਕੰਪਨੀ ਨੇ ਹੁਣ ਤੱਕ ਉਹਦੀ ਨੌਕਰੀ ਬਾਰੇ ਲੜਾਈ ਲਾਇਆ ਸੀ ਅਨਪੜ੍ਹ ਹੋਣ ਕਰਕੇ ਕੰਪਨੀ ਕੋਲ ਇੱਕੋ ਬਹਾਨਾ ਸੀ ਨੌਕਰੀ ਨਾ ਦੇਣ ਦਾ ਉਹ ਹਰ ਵੇਲੇ ਸੋਚਾਂ ਚ ਡੁੱਬੀ ਰਹਿੰਦੀ ਕਿ ਪੈਸਾ ਖਤਮ ਹੋਣ ਪਿੱਛੋਂ ਉਹਦਾ ਉਹਦੇ ਬੱਚਿਆਂ ਦਾ ਕੀ ਬਣੇਗਾ 10 ਤੇ 6 ਸਾਲ ਦੀਆਂ ਵੱਡੀਆਂ ਕੁੜੀਆਂ ਤੇ 3 ਸਾਲ ਦਾ ਛੋਟਾ ਮੁੰਡਾ ਸਾਰੇ ਹੱਥਾਂ ਵੱਲ ਵੇਖਣ ਵਾਲੇ ਸਨ ਹੋਰ 5-7 ਸਾਲਾਂ ਨੂੰ ਕੁੜੀਆਂ ਦਾ ਵਿਆਹ ਹੋਰ ਖਰਚੇ ਸੋਚ ਕੇ ਉਹਦਾ ਸਾਹ ਪਿੱਛੇ ਨੂੰ ਖਿੱਚੀ ਨਾ ਜਾਂਦਾ ਅੱਜ ਫੇਰ ਉਹ ਪੈਸੇ ਕਢਾਉਣ ਬੈਂਕ ਗਈ। ਇਹ ਤੁਹਾਡੀ ਆਖਰੀ ਕਿਸ਼ਤ ਹੈ। ਪੈਸੇ ਹੱਥ ਫੜਾਉਂਦੇ ਆਂ ਭਲਾਈ ਅਫਸਰ ਨੇ ਇਹ ਕਹਿ ਕੇ ਜਿਵੇਂ ਉਹਦੇ ਸੀਨੇ 'ਚ ਗਰਮ-ਗਰਮ ਸੀਖ ਚੋਪ ਦਿੱਤੀ ਹੋਵੇ। ਨਹੀਂ, ਉਹ ਇੱਕਦਮ ਚਿੱਲਾਈ, ਨਹੀਂ। ਇਹ ਨਹੀਂ ਹੋ ਸਕਦਾ। ਕੰਪਨੀ ਮੈਨੂੰ ਰੋਜ਼ੀ ਦੇ ਵੀ ਰੋਟੀ ਦੇ ਵੀ। ਮੈਂ ਬੱਚੇ ਕਿਵੇਂ ਪਾਲਾਂਗੀ? ਉਹ ਉਕਰਲਾਉਂਦੀ ਬਿਲਕਦੀ ਹੀਟਾਂ فرش ਤੇ ਬੈਠ ਗਈ। ਬੀਬੀ ਇਸ ਤੇ ਮੈਂ ਜਾਂ ਕੰਪਨੀ ਕੁਝ ਨਹੀਂ ਕਰ ਸਕਦੇ। ਹੁਣ ਆਪਣਾ ਇੰਤਜ਼ਾਮ ਆਪ ਕਰੋ। ਕਹਿ ਕੇ ਭਲਾਈ ਅਫਸਰ ਚਲਾ ਗਿਆ। ਉਹ ਬੈਠੀ ਵਿਰਲਾਪ ਕਰਦੀ ਰਹੀ ਆਸ-ਪਾਸ ਤੋਂ ਮਜ਼ਦੂਰਾਂ ਦੀ ਭੀੜ ਦੁਆਲੇ ਜਮਾ ਹੋ ਗਈ ਵਿੱਚੋਂ ਕਿਸੇ ਬਜ਼ੁਰਗ ਨੇ ਉਹਨੂੰ ਬਾਹ ਫੜ ਕੇ ਖੜੀ ਕੀਤਾ ਹੌਸਲਾ ਦੇ ਕੇ ਕੁਆਟਰ ਨੂੰ ਤੋਰਤਾ ਬੁੱਤ ਬਣੀ ਅੱਖਾਂ 'ਚੋਂ ਨੀਰ ਵਹਾਉਂਦੀ ਲੜਖੜਾਉਂਦੀ ਹੋਈ ਧੁਰੀ ਆਉਂਦੀ ਉਹ ਬੀਤੇ ਦੇ ਵੈਣ 'ਚ ਵਹਿ ਧੁਰੀ ਉਹਦੀਆਂ ਅੱਖਾਂ ਅੱਗੇ ਇੱਕ-ਇੱਕ ਦਿਨ ਇੱਕ-ਇੱਕ ਪਲ ਬਣ ਕੇ ਲੰਘ ਰਿਆ ਸੀ ਉਹ ਦਿਨ ਜਦੋਂ ਉਹਦਾ ਪਤੀ ਰਾਮ ਲਾਲ ਉਹਨੂੰ ਇੱਥੇ ਲਿਆਇਆ ਸੀ ਵਿਆਹ ਤੋਂ ਕੁਝ ਚਿਰ ਪਿਛੋਂ ਦੀ ਹੀ ਤਾਂ ਗੱਲ ਸੀ ਪੱਕੀ ਨੌਕਰੀ ਕੰਪਨੀ ਦਾ ਮਕਾਨ ਵਿੱਚ ਰਹਿਣ ਵਾਲੇ ਉਹ ਦੋਵੇਂ ਜੀ ਹਰ ਤਰ੍ਹਾਂ ਦੀ ਖੁੱਲ੍ਹ ਆਜ਼ਾਦੀ ਤੇ ਸਮਝੋ ਸੁਨਹਿਰੀ ਘੜੀਆਂ ਹਰ ਮਹੀਨੇ ਦੇ ਪਹਿਲੇ ਹਫ਼ਤੇ ਜਦੋਂ ਰਾਮ ਲਾਲ ਨੂੰ ਤਨਖਾਹ ਮਿਲਦੀ ਤਾਂ ਉਹ ਕਰਮੀ ਨੂੰ ਬਾਜ਼ਾਰ ਲੈ ਕੇ ਜਾਂਦਾ ਘਰ ਲਈ ਲੁੜਿੰਦਾ ਸਾਮਾਨ ਫਲ ਮੇਵੇ ਮਠਿਆਈ ਤੇ ਹੋਰ ਕਿੰਨੀਆਂ ਹੀ ਚੀਜ਼ਾਂ ਉਹ ਖਰੀਦਦੇ ਰੂਹ ਕਾਜ਼ਾ ਕਰਨ ਲਈ ਬਾਹਰਲੇ ਸ਼ਹਿਰਾਂ ਤੋਂ ਆਈ ਕਿੰਨੀਆਂ ਯਾਤਰੀ ਜੋੜਿਆਂ ਵਾਂਗ ਉਹ ਵੀ ਕਲੋਲਾਂ ਕਰਦੇ ਪੰਜਾਰ ਮੁਗਲ ਗਾਰਡਨ ਸੈਰ ਕਰਨ ਨਿਕਲ ਤੁਰਦੇ ਬਾਗ ਅੰਦਰ ਚੱਲਦੇ ਪਾਣੀ ਦੇ ਫੁਹਾਰਿਆਂ ਦੇ ਆਸ-ਪਾਸ ਕਬੂਤਰਾਂ ਦੀ ਗੁਟਕ ਦੀ ਜੋੜੀ ਦੇ ਬਨੇਰੇ ਉੱਪਰ ਤੁਰਨ ਵਾਂਗ ਤੁਰਦੇ RAM ਲਾਲ ਜਿਵੇਂ ਉਹਦੇ ਮਨ ਦੀਆਂ ਬੁੱਝਣ ਵਾਲਾ ਸੀ ਕਈ ਵਾਰ ਉਹਨੂੰ ਛੁੱਟੀ ਹੋਣ ਤੇ ਆਉਣ ਤੋਂ ਪਹਿਲਾਂ ਹੀ ਘਰੇ ਤਿਆਰ ਹੋਈ ਬੈਠੀ ਵੇਖਦਾ ਤਾਂ ਉਹਦੇ ਮਨ ਦੀ ਭਾਵਨਾ ਸਮਝ ਬਾਗ ਤੇ ਬਾਜ਼ਾਰ ਘੁੰਮਣ ਲੈ ਤੁਰਦਾ ਅਨਪੜ ਅਲੜਪੈੰਡੂ ਤੇ ਸਿੱਧੀ ਸਾਦੀ ਮੁਟਿਆਰ ਲਈ ਇਸ ਤੋਂ ਵੱਧ ਹੋਰ ਕਿਹੜਾ ਸਵਰਗ ਹੋ ਸਕਦਾ ਸੀ ਉਹ ਵੀ ਰਾਮ ਲਾਲ ਤੋਂ ਵਾਰੀ ਬਲਿਹਾਰੀ ਜਾਂਦੀ ਤੇ ਰਾਮ ਲਾਲ ਕਰਮੀ ਨੂੰ ਫੁੱਲਾ ਵਾਂਗ ਹੀ ਸੰਭਾਲ-ਸੰਭਾਲ ਰੱਖਦਾ ਜਿਵੇਂ ਕੋਈ ਬਹੁਤ ਮੁੱਲੀ ਚੀਜ਼ ਲੱਭੀ ਹੋਵੇ ਲੁਭਾਉਣੀਆਂ ਘੜੀਆਂ ਤੇ ਸੁਹਾਣੇ ਪਲ ਸੁੰਦਰ ਸੁਪਨੇ ਵਾਂਗ ਬਹੁਤ ਹੀ ਘੱਟ ਸਮੇਂ ਦੇ ਮਹਿਮਾਨ ਹੁੰਦੇ ਹਨ ਕੁਦਰਤ ਦੀ ਕਿਰਪਾ ਤੇ ਮਿਹਰ ਦੀ ਨਜ਼ਰ ਇਨਸਾਨ ਦੀ ਸਮਝ ਤੋਂ ਪਰੇ ਦੀ ਗੱਲ ਰਹੀ ਹੈ ਇੱਕ ਝੱਖੜ ਜਿਹਾ ਆਇਆ ਜੋ ਇਹਨਾਂ ਦੀ ਜ਼ਿੰਦਗੀ ਦੀ ਧਰੇਕ ਦੇ ਫੁੱਲ ਛੱਡ ਕੇ ਸੁੱਟ ਗਿਆ ਰਾਮ ਲਾਲ ਦਾ ਬਾਪ ਅਚਾਨਕ ਹੀ ਬਿਮਾਰ ਪਿਆ ਤੇ ਕਬੀਲਦਾਰੀ ਦੀ ਭਾਰੀ ਪੰਡ ਅਦਵਾਟੇ ਛੱਡ ਕੇ ਅਗਲੇ ਲੋਕ ਤੁਰ ਗਿਆ। ਪਰਿਵਾਰ 'ਚ ਰਾਮ ਲਾਲ ਸਭ ਤੋਂ ਵੱਡਾ ਸੀ ਚਾਰ ਭੈਣ ਭਰਾਵਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸਿਰ ਤੇ ਆ ਪਈ। ਹੁਣ ਉਹ ਸੰਜਮ ਸੰਕੋਚ ਨਾਲ ਖਰਚਾ ਕਰਦੇ ਭਾਵੇਂ ਪੈਸੇ ਟਕੇ ਦੀ। ਮਦਦ ਤਾਂ ਮਾਪਿਓ ਦੀ ਉਹ ਪਹਿਲਾਂ ਵੀ ਕਰਦੇ ਰਹਿੰਦੇ ਸਨ ਪਰ ਹੁਣ ਤਾਂ ਸਭ ਕੁਝ ਹੀ ਉਹਨਾਂ ਦੇ ਜਿੰਮੇ ਆ ਪਿਆ ਸੀ। ਗ੍ਰਸਥ ਗੱਡੀ ਜਿਵੇਂ ਕਿਵੇਂ ਤੁਰਨ ਲੱਗੀ। ਕਰਮੀ ਕਦੀ ਪਿੰਡ ਕਦੀ RAMLAL ਕੋਲ ਦੋਵੇਂ ਫਰਜ਼ ਨਿਭਾਉਂਦੀ। ਦੋਹਾਂ ਜੀਆਂ ਨੇ ਛੋਟੇ ਭੈਣ ਭਰਾਵਾਂ ਦੀ ਪਾਲਣਾ ਪੋਸਣਾ ਕਰਕੇ ਉਹਨਾਂ ਦੀਆਂ ਵਿਆਹ ਸ਼ਾਦੀਆਂ ਕੀਤੀਆਂ। ਫਰਜ਼ ਨਿਭਾਉਂਦੇ ਆ ਕਦੀ ਵੀ ਮੂੰਹ ਤੇ ਉਦਾਸੀ ਨਹੀਂ ਸੀ ਲੈਂਦੀ ਦੇਖਣ ਵਾਲੇ ਆਸ਼ਸ਼ ਕਰਦੇ ਤੇ ਕਰਦੇ ਰਹਿੰਦੇ। ਭਰਾ ਭਜਾਈਆਂ ਹੋਣ ਤਾਂ RAMLAL ਦੇ ਕਰਮੀ ਵਰਗੇ ਹੋਣ। ਸਮਾਂ ਲੰਘਦਾ ਗਿਆ। ਸਮੇਂ ਦੀ ਤੋਰ ਨਾਲ ਉਹਨਾਂ ਦੀ ਆਪਣੀ ਗ੍ਰਸਤੀ ਵੀ ਕਦੀ ਤਿੰਨ ਬੱਚੇ ਹੋ ਗਏ ਦੋਵੇਂ ਜੀ ਛੋਟੀ ਜੀ ਫਲਵਾੜੀ ਵਿੱਚ ਇੱਕੋ ਖਪੰਦ ਲੰਘਣ ਮਗਰੋਂ ਫੇਰ ਪਰਚਣ ਲੱਗੇ ਪਿਛਲੀ ਤਕਲੀਫ ਆਈ ਗਈ ਹੋਗੀ ਪੱਤ ਝੜ ਮਗਰੋਂ ਜਿਵੇਂ ਬਹਾਰ ਵੇਤ ਫੇਰ ਟੈਕਣ ਲੱਗੀ ਮਨ ਦੀ ਖੁਸ਼ੀ ਇੱਕ ਸਰੀਰਕ ਖੁਰਾਕ ਹੈ ਪਰ ਸਰੀਰ ਸਾਡਾ ਇੱਕ ਮਸ਼ੀਨ ਵਾਂਗ ਹੈ ਜੇਕਰ ਪੂਰਾ ਆਰਾਮ ਨਾ ਮਿਲੇ ਤੇ ਕੱਲ ਪੁਰਜੀ ਢਿੱਲੇ ਹੋਣੇ ਚਾਲੂ ਹੋ ਜਾਂਦੇ ਹਨ ਗ੍ਰਸਥ ਦੇ ਬੋਝ ਨੂੰ ਵੇਖਦੇ ਆਂ ਰਾਮ ਲਾਲ ਨੇ ਡਬਲ ਸ਼ਿਫਟਾਂ ਤੇ ਕਈ ਵਾਰ ਬਾਅਦ ਛੋਟੇ ਮੂਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਦੂਰੀ ਤੇਰੀ ਮਸ਼ਕਤ ਉਹਦੇ ਸਰੀਰ ਤੇ ਅਸਰ ਕਰਨ ਲੱਗੀ ਉਹਦੀ ਸਿਹਤ ਗਿਰਨੀ ਸ਼ੁਰੂ ਹੋ ਗਈ RAMLAL ਬਹੁਤ ਹੌਸਲੇ ਵਾਲਾ ਤੇ ਸੁਗੜ ਸਿਆਣਾ ਮਕੈਨਿਕ ਸੀ ਫੈਕਟਰੀ ਦੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਉਹਦੇ ਹੱਥੀਂ ਲੱਗੀਆਂ ਸਨ ਕੰਮ ਕਿੰਨਾ ਵੀ ਔਖਾ ਕਿਉਂ ਨਾ ਹੋਵੇ ਉਹਨੇ ਕਦੀ ਹਾਰ ਨਹੀਂ ਸੀ ਮੰਨੀ ਉਹਨੂੰ ਨਿਪਰੇ ਚਾੜ ਕੇ ਹੀ ਸਾਲ ਲੰਘਦਾ ਉਹਦੀ ਮਿਹਨਤ ਤੇ ਕੰਮ ਦਾ ਕੰਮ ਚ ਨਿਪੁੰਨਤਾ ਦੇ ਚਰਚੇ ਚਾਰੋਂ ਪਾਸੇ ਸੀ ਸਨ ਮਸ਼ੀਨਾਂ ਦੀ ਮੁਰੰਮਤ ਦਾ ਸਭ ਤੋਂ ਵੱਧ ਕੰਮ ਉਹਨੂੰ ਹੀ ਦਿੱਤਾ ਜਾਂਦਾ ਹੈ ਕਈ ਵਾਰੀ ਭਾਰੀ ਤੋਂ ਭਾਰੀ ਕੰਮ ਵੀ ਉਹਨੂੰ ਇਕੱਲਿਆਂ ਹੀ ਕਰਨਾ ਪੈਂਦਾ ਕੰਮ ਤੋਂ ਨਾਂ ਜਾਂ ਮਿਹਨਤ ਤੋਂ ਕਤਾਹੀ ਉਸ ਲਈ ਰੱਬ ਦੀ ਹੋਂਦ ਤੋਂ ਮੁਨਕਰ ਹੋਣ ਬਰਾਬਰ ਸੀ ਦੂਜੇ ਪਾਸੇ ਉਹਦਾ ਸਰੀਰ ਦਿਨ ਬ ਦਿਨ ਘਟਦਾ ਜਾਂਦਾ ਸੀ ਉਹਦੀ ਤਾਕਤ ਉਹਨੂੰ ਜਵਾਬ ਦਿੰਦੇ ਜਾਂਦੇ ਸੀ ਕਈ ਵਾਰ ਕੰਮ ਕਰਦਿਆਂ ਹੁਣ ਉਹਦਾ ਸਾਹ ਚੜ ਜਾਂਦਾ ਉਹਨੂੰ ਹਲਕੀ ਹਲਕੀ ਖਾਂਸੀ ਦੀ ਸ਼ਿਕਾਇਤ ਰਹਿਣ ਲੱਗੀ ਕਈ ਵਾਰ ਉਹਨੂੰ ਖਾਂਸੀ ਦਾ ਅਜਿਹਾ ਹੁੱਥੂ ਉੱਠਦਾ ਕਿ ਸਾਹ ਵਾਪਸ ਮੁੜਨ ਦਾ ਨਾ ਹੀ ਨਾ ਲੈਂਦਾ ਕਰਮੀ ਅੰਦਰੇ ਅੰਦਰ ਫਿਕਰਾਂ ਰੁੰਨੀ ਉਹਨੂੰ ਦਵਾ-ਦਾਰੂ ਲੈਣ ਨੂੰ ਕਹਿੰਦੀ ਪਰ RAMLAL ਗੱਲ ਨੂੰ ਆਈ ਗਈ ਕਰ ਛੱਡਦਾ ਇੱਕ ਦਿਨ RAMLAL ਨੂੰ ਅਚਾਨਕ ਇੱਕ ਖੰਗ ਛੜੀ ਖੰਗ ਐਸੀ ਛੜੀ ਕਿ ਸਾਹ ਪਲਟਨ ਦਾ ਨਾ ਉਹਨੂੰ ਸੀ ਲੈ ਰਿਆ ਖੂਨ ਦੀ ਉਲਟੀ ਆਈ ਨੀ ਬਿਹੋਸ਼ੀ ਦੀ ਹਾਲਤ ਵਿੱਚ ਉਹਨੂੰ ਡਾਕਟਰ ਕੋਲ ਲਿਜਾਇਆ ਗਿਆ ਐਕਸ-ਰੇ ਹੋਇਆ ਟੈਸਟ ਲਏ ਗਏ ਡਾਕਟਰ ਨੇ ਮੁਕੰਮਲ ਆਰਾਮ ਕਰਨ ਦੀ ਹਦਾਇਤ ਕੀਤੀ ਲੰਮੇ ਇਲਾਜ ਦੀ ਜ਼ਰੂਰਤ ਸੀ ਬਿਮਾਰੀ ਕਾ ਤੱਕ ਸੀ रामलाल ਨੂੰ ਹਸਪਤਾਲ ਦਾਖਲ ਕਰ ਲਿਆ ਗਿਆ ਕਰਮੀ ਖਬਰ ਲੈਣ ਜਾਂਦੀ ਉਹਨੂੰ ਦਿਲਾਸਾ ਦਿੰਦੀ ਕਹਿੰਦੀ ਲੈ ਇਹੋ ਜੀ ਬਿਮਾਰੀ ਦਾ ਕੀ ਹੈ ਹਫਤੇ ਚ ਤੁਸੀਂ ਠੀਕ ਹੋ ਜਾਓਗੇ ਪਰ रामलाल ਕੋਲੋਂ ਪਿੱਠ ਪੁਆਉਂਦੀ ਉਹ ਪਰ ਪਰ ਡੁੱਲਦੀ ਉਹਦੇ ਅੰਦਰਲਾ ਕੰਬ ਜਾਂਦਾ ਜਿਵੇਂ ਉਹਨੂੰ ਬਿਮਾਰੀ ਦੇ ਸਾਰ ਨਜ਼ਰ ਆਉਂਦੇ ਹੋਣ रामलाल ਮੰਜੇ ਦਾ ਹੀ ਹੋ ਕੇ ਰਹਿ ਗਿਆ ਤੇ ਇੱਕ ਦਿਨ ਕਿਸੇ ਦਾ ਵੀ ਨਾ ਹੋ ਕੇ ਜ਼ਿੰਦਗੀ ਦੇ ਸਾਰੇ ਕੰਮ ਅਦਵਾਟੇ ਛੱਡ ਕੇ ਕਿਸੇ ਅਣਜਾਣੀ ਦੁਨੀਆ ਦਾ ਹੋ ਗਿਆ ਉਹ ਰਾਮ ਲਾਲ ਘਰ ਦੀ ਏਡੀ ਵੱਡੀ ਕਬੀਲਦਾਰੀ ਨੇ ਜੱਠਣ ਵਾਲਾ ਉਹ ਰਾਮ ਲਾਲ ਫੈਕਟਰੀ ਦੀਆਂ ਬੇਜਾਨ ਮਸ਼ੀਨਾਂ 'ਚ ਜਾਨ ਪਾਉਣ ਵਾਲਾ ਸਵਾਰਨ ਵਾਲਾ ਪਰ ਅੱਜ ਉਹਦੀ ਆਪਣੀ ਮਸ਼ੀਨ جواب ਦੇ ਗਈ ਉਫ ਹਮਦਰਦੀ ਦੋਸਤ ਮਿੱਤਰ ਸਾਥੀ ਆਏ ਸਹਾਇਤਾ ਵੱਜੋਂ ਕੁਝ ਪੈਸਾ ਇਕੱਠਾ ਕੀਤਾ ਗਿਆ ਕੰਪਨੀ ਦੀ ਦਿਲਚਸਪੀ ਤਾਂ ਆਪਣੇ ਕੰਮ ਤੱਕ ਸੀ ਇਕੱਠੇ ਹੋਏ ਪੈਸੇ ਦੀ ਰਖਵਾਲੀ ਲਈ ਅਕੇ ਪਲਾਈ ਅਫਸਰ ਤੇ ਕਰਮੀ ਦੇ ਨਾਂ ਸਾਂਝਾ ਖਾਤਾ ਹੋਏਗਾ ਤਾਂ ਕਿ ਪੈਸੇ ਦੀ ਦੁਰਵਰਤੋਂ ਨਾ ਹੋਵੇ ਉਹ ਵੀ ਅੱਜ ਇਹ ਆਖਰੀ ਕਿਸ਼ਤ ਹਾਇਰਪਾ ਕਰਮੀ ਨੂੰ ਪਤਾ ਵੀ ਨਾ ਲੱਗਾ ਕਦੋਂ ਕੁਆਟਰ ਪੁੱਜੀ ਕਦੋਂ ਕੁਆਟਰ ਦੀਆਂ ਪੌੜੀਆਂ ਛੜਦਿਆਂ ਪੈਰ ਨੂੰ ਠੇਡਾ ਲਾ ਕੇ ਡਿੱਗੀ ਤੇ ਮੂੰਹੋਂ ਹਾਇਰਪਾ ਨਿਕਲਿਆ ਉਹ ਕੁਆਟਰ ਦੀ ਅਖੀਰਲੀ ਪੌੜੀ ਤੋਂ ਹੇਠਾਂ ਤੱਕ ਰੁੜਦੀ ਆਈ ਬੇਹੋਸ਼ ਬੇਖਬਰ ਮੂੰਹ ਚੋਂ ਖੂਨ ਆਇਆ ਸ਼ਾਇਦ ਦਿਮਾਗੀ ਸੱਟ ਸੀ ਬੱਚੇ ਘਬਰਾਏ ਰੋਂਦੇ ਕਰਲਾਉਂਦੇ ਕਰਮੀ ਦੇ ਸਹਾਰੇ ਬੈਠੇ ਮੂੰਹ 'ਚ ਪਾਣੀ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਬ्यर्थ ਤੇ ਕਰਮੀ ਵੀ RAMLAL ਵਾਂਗ ਗ੍ਰਸਥ ਦਾ ਸਫਰ ਅੱਧਵਾਟੇ ਛੱਡ ਕੇ ਅਣਜਾਣੇ ਰਾਹੀ ਤੁਰ ਗਈ ਧੰਨਵਾਦ